ਹਾਂਜੀ, ਕੀ ਹਾਲ ਚਾਲ ਆ ਬਾਈ ਤੁਹਾਡੇ ਸਾਰਿਆਂ ਦੇ? ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅਤੇ ਵੈਲਕਮ ਜੀ ਤੁਹਾਡਾ ਇੱਕ ਵਾਰ ਫੇਰ ਤੋਂ ਆਪਣੇ ਫਾਰਮ ਦੇ ਵਿੱਚ। ਅਤੇ ਤੁਹਾਨੂੰ ਮੈਂ ਦੱਸਦਾ ਵੀਰੇ ਕਿ ਆਪਾਂ ਅਜੇ ਖਰੀਦਣ ਲੱਗੇ ਹਾਂ ਆਪਣਾ ਫਾਰਮ, ਜਿਹੜਾ ਆਪਾਂ ਤੁਹਾਨੂੰ ਕਹਿ ਰਹੇ ਸੀਗੇ ਸਾਡੇ 24 ਜਾਂ 25 ਲੱਖ ਰੁਪਏ ਦਾ। ਅਤੇ ਕਿੱਥੋਂ ਖਰੀਦਾਂਗੇ ਮੈਂ ਤੁਹਾਨੂੰ ਦੱਸ ਦਿੰਦਾ, ਕਿਉਂਕਿ ਆਪਣੇ 50 ਕੁ ਲੱਖ ਰੁਪਏ ਦਾ ਲੋਨ ਲਿੱਤਾ ਵੀਰੇ। ਅਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਕੀ ਕਰਦੇ ਹਾਂ, ਬਾਈ ਕਰਦੇ ਹਾਂ। ਉਸ ਤੋਂ ਬਾਅਦ ਆਪਾਂ ਆਪਣਾ ਅੱਜ 69 ਨੂੰ ਪ੍ਰੋਪਰ ਮੋਡੀਫਾਈ ਕਰਾ ਕੇ ਲਿਆਵਾਂਗੇ। 1 09 ਇਹ ਅਤੇ 2 ਹੋਰ ਖਰੀਦ ਕੇ ਲੈ ਕੇ ਆਵਾਂਗੇ। 3 09 ਕਰਨੇ ਆ ਅਤੇ ਤਿੰਨੋਂ ਇੱਦਾਂ ਦੇ ਮੋਡੀਫਾਈ ਕਰਨੇ ਆ ਕਿ ਸਿਰੇ ਲੱਗ ਜਾਣੀ ਬਾਬੇ ਉਹ ਜੋ ਗੱਲ। ਠੀਕ ਹੈ ਜੀ, ਅਤੇ ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਵੀਰੇ। ਅਤੇ ਆਪਾਂ ਸਭ ਤੋਂ ਪਹਿਲਾਂ ਕਰਦੇ ਹਾਂ ਬਾਏ ਆਪਣਾ ਇਹ ਫਾਰਮ। ਫਾਰਮ ਲੈਂਡ ਦੇ ਵਿੱਚ ਜਾਂਦੇ ਹਾਂ ਆਪਾਂ ਅਤੇ ਆਪਣਾ ਇਹ ਫਾਰਮ ਹੈਗਾ 6 ਨੰਬਰ, 24.5 ਲੱਖ ਰੁਪਏ ਦਾ। ਇਹਨੂੰ ਕਰੀਏ ਬਾਏ। ਲਿਓ ਜੀ ਬਾਬੇ, ਇਹ ਹੋ ਗਿਆ ਆਪਣੇ ਕੋਲ ਬਾਏ ਦਾ। ਖੋਲ੍ਹੀਏ ਗੇਟ ਆਪਾਂ। ਲਓ ਜੀ, ਹੁਣ ਸਭ ਤੋਂ ਪਹਿਲਾਂ ਆਪਾਂ ਆਪਣੇ ਟਰੈਕਟਰ ਨੂੰ ਮੋਡੀਫਾਈ ਕਰਾਵਾਂਗੇ ਜ਼ਰੂਰ, ਪਰ ਪਹਿਲਾਂ ਸਭ ਤੋਂ ਪਹਿਲਾਂ ਜਿਹੜੇ ਆਪਣੇ ਇਹ ਟਰਾਲੀਆਂ ਟਰੂਲੀਆਂ ਖੜੀਆਂ ਨੇ, ਠੀਕ ਹੈ, ਇਹਨਾਂ ਨੂੰ ਆਪਾਂ ਆਪਣੇ ਟਿਕਾਣੇ 'ਤੇ ਲਾ ਕੇ ਆਈਏ। ਇਹ ਬੜਾ ਔਖਾ ਤਾ ਵੀਰੇ। ਅਤੇ ਰਹੀ ਗੱਲ ਲੋਨ ਦੀ ਵੀਰੇ, ਲੋਨ ਜਿਹੜਾ ਆਪਾਂ ਨੇ ਲਿੱਤਾ 50 ਲੱਖ ਰੁਪਏ ਦਾ, ਇਹਦੀ ਹਰ ਮਹੀਨੇ ਕਿਸ਼ਤ ਕੱਟੀ ਜਾਣੀ ਆ ਆਟੋਮੈਟਿਕ। ਅਤੇ ਆਪਾਂ ਇੰਨਾ ਕੁ ਕੰਮ ਕਰ ਦੇਣਾ ਕਿਉਂਕਿ ਆਪਣੇ ਕੋਲ ਹਜੇ ਵੀ ਬਹੁਤ ਪੈਸੇ ਬਚੇ ਨੇ। ਅਤੇ ਆਪਾਂ ਇੱਕ ਖੇਤ 'ਚ ਨਹੀਂ ਕਰਾਂਗੇ ਖੇਤੀ ਹੁਣ, ਆਪਾਂ ਬਹੁਤ ਸਾਰੇ ਖੇਤ ਖਰੀਦ ਲਾਂਗੇ ਇਸ ਤੋਂ ਬਾਅਦ, ਅਤੇ ਉਹਨਾਂ ਖੇਤਾਂ ਦੇ ਵਿੱਚ ਕਰਾਂਗੇ ਇਸ ਤੋਂ ਬਾਅਦ ਖੇਤੀ। ਅਤੇ ਵੀਰੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਕਿਉਂਕਿ ਇਸ ਵੀਡੀਓ ਦੇ ਵਿੱਚ ਆਪਾਂ ਨੇ 69 ਖਰੀਦਣੇ ਆ, 2 ਹੋਰ ਅਤੇ 1 ਇਹ, ਅਤੇ ਤਿੰਨੋਂ ਮੋਡੀਫਾਈ ਕਰਾਉਣੇ ਆ। ਅਤੇ ਤੁਹਾਨੂੰ ਪ੍ਰੋਪਰ ਮੋਡੀਫਿਕੇਸ਼ਨ ਦੱਸਾਂਗੇ ਕਿ ਆਪਾਂ ਇਹਨਾਂ ਦੇ ਵਿੱਚ ਕਿਹੜੀ ਕਿਹੜੀ ਮੋਡੀਫਿਕੇਸ਼ਨ ਕਰ ਸਕਦੇ ਹਾਂ। ਇਹ ਰਿਹਾ ਆਪਣਾ ਫਾਰਮ, ਅਤੇ ਟਰੈਲੀਆਂ ਆਪਾਂ ਲਾਉਂਦੇ ਹਾਂ ਬਾਬੇ ਇੱਥੇ ਇੱਥੇ ਸੋਹਣੀ ਲੱਗਣਗੀਆਂ ਟਰੈਲੀਆਂ। ਚਲੋ ਜੀ, ਕਰੋ ਬੈਕ। ਅਤੇ ਜਿੰਨੀਆਂ ਵੀ ਚੀਜ਼ਾਂ ਰੈਂਟ 'ਤੇ ਨੇ ਵੀਰੇ, ਉਹ ਆਪਾਂ ਸਾਰੀਆਂ ਵਾਪਸ ਕਰ ਦੇਣੀਆਂ ਨੇ ਆਪਾਂ ਨੇ ਹੁਣ, ਕਿਉਂਕਿ ਆਪਣੇ ਕੋਲ ਪੈਸਾ ਵਾਧੂ ਹੈ, ਚਾਹੇ ਲੋਨ 'ਤੇ ਹੀ ਹੈ। ਠੀਕ ਹੈ ਜੀ, ਲਓ ਜੀ ਇੱਥੇ ਖੜਾ ਦਿੰਦੇ ਇੱਕ ਟਰੈਲੀ ਆਪਾਂ ਇਹ ਵਾਲੀ। ਅਤੇ ਹੁਣ ਆਪਾਂ ਦੁਬਾਰਾ ਚੱਲਦੇ ਹਾਂ। ਸੋਰੀ, ਸਭ ਤੋਂ ਪਹਿਲਾਂ ਆਪਾਂ ਉਹ ਦੇਖਦੇ ਹਾਂ ਕਿ ਆਪਣੇ ਕੋਲ ਰੈਂਟ 'ਤੇ ਕੀ ਕੁਛ ਹੈ, ਰਾਈਟ। ਹਾਂ, ਇੱਕ ਟਰੇਲੀ ਟਰੈਲੀ ਹੀ ਹੈ, ਉਹਨੂੰ ਆਪਾਂ ਕਰ ਦੇਣਾ ਵਾਪਸ। ਜੇ ਆਪਾਂ ਨੂੰ ਹੁਣ ਹੋਰ ਟਰੇਲੀ ਦੀ ਲੋੜ ਪਊਗੀ ਤਾਂ ਆਪਾਂ ਪੈਸੇ ਬਚਾ ਲਾਂਗੇ ਅਤੇ ਉਹਨੂੰ ਆਪਾਂ ਖਰੀਦ ਲਾਂਗੇ। ਠੀਕ ਹੈ ਕਿ ਨਹੀਂ? ਹੁਣ ਆਪਾਂ ਚੱਲਦੇ ਹਾਂ। ਅਤੇ ਟਰੈਕਟਰ ਦੀ ਛਤਰੀ ਆਪਾਂ ਨੇ ਲਵਾ ਲਈ ਸੀਗੀ ਅਤੇ ਨੰਬਰ ਪਲੇਟ ਵੀ ਆਪਾਂ ਲੈ ਆਏ ਸੀਗੇ। ਨੰਬਰ ਪਲੇਟ ਦੇਖੋ 54964। ਅਤੇ ਚੈਨਲ ਨੂੰ ਵੀਰੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਜੇ ਤੁਸੀਂ ਦੇਖ ਰਹੇ ਹੋ। ਹੁਣ ਆਪਾਂ ਪਹਿਲਾਂ ਤੋਂ ਪਾ ਆਪਾਂ ਇਹ ਚੱਲਦੇ ਹਾਂ ਸੀਟਰ। ਅਤੇ ਜਿਹੜੀ 9-11 ਦੀ ਮੋਡੀਫਿਕੇਸ਼ਨ ਤੁਸੀਂ ਇਸ ਵੀਡੀਓ ਦੇ ਵਿੱਚ ਦੇਖਣਾ ਚਾਹੁੰਦੇ ਹੋ ਵੀਰੇ, ਸਿਰੇ ਲੱਗ ਜਾਣੀ ਆ। ਆਪਾਂ 3-11 ਇੱਦਾਂ ਦੇ ਮੋਡੀਫਾਈ ਕਰਾਉਣੇ ਆ ਕਿ ਤੁਸੀਂ ਦੇਖੇ ਨਹੀਂ ਹੋਣੇ ਕਦੇ ਅੱਜ ਤੱਕ। ਤੁਸੀਂ ਇਹ ਵੀ ਚੈੱਕ ਕਰ ਸਕਦੇ ਹੋ ਕਿ ਆਪਣਾ 9-11 ਛੋਟਾ ਵੀ ਨਹੀਂ ਲੱਗ ਰਿਹਾ ਮਸ਼ੀਨ ਦੇ ਮੂਹਰੇ। ਪ੍ਰੋਪਰ ਐਨ ਪ੍ਰੋਪਰ ਸਾਈਜ਼ ਦੇ 9-11 ਮੋਡੀਫਿਕੇਸ਼ਨ ਕਰਾਂਗੇ ਅੱਜ ਆਪਾਂ। ਲਓ ਜੀ, ਆਪਾਂ ਇਹਨੂੰ ਖੜਾਈਏ ਇੱਥੇ। ਆ ਜੂਗੇ ਇੱਥੇ, ਆ ਜਾਣੀ ਆ। ਸੀਟ ਨੂੰ ਖੜਾਤਾ ਇੱਥੇ, ਲੈਟਸ ਗੋ।
ਹੁਣ ਆਪਾਂ ਲੈ ਕੇ ਚੱਲਦੇ ਹਾਂ ਆਪਣੇ ਕਲਟੀਵੇਟਰਸ। ਠੀਕ ਹੈ ਜੀ, ਢੋਆ ਢੁਆਈ ਕਰੀਏ ਆਪਣੇ ਕਲਟੀਵੇਟਰਾਂ ਦੀ। ਕਲਟੀਵੇਟਰ ਨੂੰ ਲਾਈਏ ਸੀਡਰ ਦੇ ਕੋਲ ਹੀ, ਹੈ ਨਾ, ਇੱਥੇ ਸੋਹਣਾ ਲੱਗੂਗਾ। ਇਹ ਬਚ ਗਿਆ ਬਾਬੇ, ਚੱਲ 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 ਚਲੋ ਜੀ, ਇਹ ਵੀ ਇੱਥੇ ਕੱਢਤਾ ਤਾਂ ਲਾਤਾ ਸਟੈਂਡ ਆਪਾਂ ਨੇ। ਚੱਲ ਦੂਜਾ ਕਲਟੀਵੇਟਰ ਵੀ ਪਾ ਲਿਆ। ਅੰਦਰੋਂ ਚੈੱਕ ਕਰੋ ਬਾਬੇ, ਤੁਸੀਂ ਸਟੀਅਰਿੰਗ ਚੈੱਕ ਕਰੋ, 11 ਦਾ ਲੱਗ ਗਈ ਨਾ ਗੱਲਬਾਤ ਐਂਡ ਪੂਰੀ। ਅਤੇ ਹੁਣ ਆਪਾਂ ਨੇ ਕੀ ਪਾਉਣਾ ਹੈ, ਦੂਜਾ ਕਲਟੀਵੇਟਰ, ਸੋਰੀ ਚੱਲ ਵੀ ਚੱਲ ਮਸ਼ੀਨ ਹੈ, ਟਰਾਲੀ 'ਚ ਫਸ ਗਿਆ ਸੀ। ਚੱਲ ਵੀ ਚੱਲ ਦੇਖੀ, ਉਰੇ ਕਿਤੇ ਫਸ ਗਿਆ ਸੀ ਪਤੰਦਰਾ। ਚਲੋ ਜੀ, ਇੱਥੇ ਲਾ ਦਈਏ ਦੂਜੇ ਕਲਟੀਵੇਟਰ ਨੂੰ। ਗੈਰੇਜ 'ਚ ਬਹੁਤ ਸਪੇਸ ਹੈ ਵੀਰੇ, ਫਾਰਮ ਦੇ ਵਿੱਚ, ਸੋਰੀ ਜਿਹੜੇ ਫਾਰਮ ਦੇ ਗੈਰੇਜਸ ਨੇ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਹੀ ਸਪੇਸ ਹੈ। ਅਤੇ ਹੁਣ ਆਪਾਂ ਲਿਆਈਏ ਮਸ਼ੀਨ ਦਾ ਵੀ ਕਟਰ ਵਾਲ ਤਾਰਨਾ ਪੈਣਾ। ਅਤੇ ਆਪਾਂ ਇੱਕ ਕੰਮ ਕਰਦੇ ਹਾਂ, ਜਿਹੜਾ ਆਪਣੇ ਕੋਲ ਹੋਰ ਬਾਕੀ ਸਮਾਨ ਖੜ੍ਹੇ, ਜਿਵੇਂ ਕਿ ਉਹ ਖੜ੍ਹੇ ਲਾਈਨ ਪਾਉਣ ਵਾਲਾ ਜਾਂ ਰੇਹ ਪਾਉਣ ਵਾਲੀ ਮਸ਼ੀਨ, ਠੀਕ ਹੈ ਜੀ, ਉਹਨੂੰ ਪਾ ਕੇ ਲਿਖਿਆ ਜੀ। ਅਤੇ ਉਸ ਤੋਂ ਬਾਅਦ ਆ ਵੀ ਖੜ੍ਹਿਆ ਆਪਣੇ ਕੋਲ ਇੱਕ ਲੋਡਰ, ਪੈਂਪਰ ਵੀ ਲਵਾ ਕੇ ਲਿਆਵਾਂਗੇ ਵੀਰੇ। ਮੂਹਰੇ ਤਾਂ ਸੋਹਣਾ ਨਹੀਂ ਲੱਗਦਾ ਟਰੈਕਟਰ ਆਪਣਾ, ਪੂਰਾ ਐਨ ਸਰਾ ਗੱਲਬਾਤ ਕਰਾ ਕੇ ਲਿਆਵਾਂਗੇ ਅੱਜ ਟਰੈਕਟਰਾਂ ਦੀ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ, 3 ਟਰੈਕਟਰ ਖਰੀਦਣੇ ਅੱਜ ਆਪਾਂ ਨੇ, 3 ਪੂਰੇ 3, ਮਤਲਬ ਕਿ 2 ਖਰੀਦਣੇ ਆ, ਇੱਕ ਇਹਨੂੰ ਮੋਡੀਫਾਈ ਕਰਾਉਣਾ, ਅਤੇ ਤਿੰਨੋਂ ਟਰੈਕਟਰ ਸਿਰੇ ਦੇ ਰੱਖਣੇ ਆਪਣੇ ਫਾਰਮ ਦੇ ਵਿੱਚ ਅੱਜ ਤੋਂ ਬਾਅਦ। ਪਰ ਰੱਖਾਂਗੇ 3 9-11 ਹੀ, ਕਿਸ ਸਿਰਾ ਦਾ ਫਿਰ 9-11 ਹੀ ਲਾਉਂਦਾ ਨਾ ਝੋਟਾ ਆਪਣਾ। ਚੱਲ ਬਾਬੇ ਚੱਲ ਚੱਲ, ਲਓ ਜੀ ਇਹ ਵੀ ਇੱਥੇ ਖੜਾ ਤਾ। ਹੁਣ ਆਪਣੇ ਕੋਲ ਸਿਰਫ ਇੱਕ ਚੀਜ਼ ਰਹਿ ਗਈ, ਬਸ 5 ਕੁ ਮਿੰਟ ਦੀ ਗੱਲ ਹੋਰ ਹੈ, ਉਸ ਤੋਂ ਬਾਅਦ ਆਪਾਂ ਬਾਈ ਖਰੀਦਣੇ ਹੀ ਸਟਾਰਟ ਕਰਨੇ ਆ ਟਰੈਕਟਰ, ਅਤੇ ਉਹਨੂੰ ਮੋਡੀਫਾਈ ਕਰਨਾ ਹੀ ਆ। ਅਤੇ ਦੇਖਿਓ ਜ਼ਰੂਰ ਵੀਰੇ ਵੀਡੀਓ ਲਾਸਟ ਤੱਕ, ਕਿਉਂਕਿ ਬਹੁਤ ਜ਼ਿਆਦਾ ਮੋਡੀਫਿਕੇਸ਼ਨ ਇਹਦੇ ਵਿੱਚ ਟਰੈਕਟਰ ਦੇ ਵਿੱਚ ਆਪਾਂ ਨੇ ਪਾਈ ਹੋਈ ਹੈ ਬਹੁਤ ਜ਼ਿਆਦਾ। ਅਤੇ ਟਾਇਰ ਟੂਰ ਸਭ ਚੇਂਜ ਕਰ ਦਿੰਦੇ ਆਪਾਂ, ਜਿੱਦਾਂ ਤੁਸੀਂ ਕਹੋਗੇ ਉੱਦਾਂ ਦੇ ਪਾ ਦਾਂਗੇ। ਅਤੇ ਉੱਦਾਂ ਦੇ ਟਾਇਰ ਵੀ ਹੈਗੇ ਨੇ ਜਿੱਦਾਂ ਤੁਸੀਂ ਸੋਚ ਵੀ ਨਹੀਂ ਸਕਦੇ ਨਾਟਕਾਂ 'ਚ ਪੈਂਦੇ ਵੀ ਹੋਣਗੇ ਕਿ ਨਹੀਂ, ਇੱਦਾਂ ਇੱਦਾਂ ਦੇ ਨਾਲ ਉਹ ਵੀ ਰੱਖੇ ਆਪਾਂ ਨੇ। ਇੱਦਾਂ 9-11 ਹੀ ਖਰੀਦਾਂਗੇ, ਖੇਤ ਫਿਰ ਖਰੀਦਾਂਗੇ। ਜਿਹੜਾ ਇਹ ਬੀਚ ਜੇ ਵਾਲਾ ਇਹਨੂੰ ਉੱਥੇ ਖੜਾ ਦਿੰਦੇ ਹਾਂ, ਹੈ ਨਾ।
ਇੱਥੇ ਸਹੀ ਰਹੂਗਾ। ਹੁਣ ਲਿਆਈਏ ਪਾ ਕੇ ਮਸ਼ੀਨ ਦਾ ਕਟਰ ਬਾਲ ਅਤੇ ਇਹਨੂੰ ਕੀ ਕਰਾਂਗੇ, ਹਾਂ ਜਾ ਕੇ ਪਹਿਲਾਂ ਮਸ਼ੀਨ ਨੂੰ ਸਟਾਰਟ ਕਰੀਏ ਅਤੇ ਕਟਰ ਬਾਲ ਨੂੰ ਅਨਲੋਡ ਕਰੀਏ ਟ੍ਰੇਲਰ ਦੇ ਉੱਪਰ, ਫਿਰ ਲਿਆਉਂਦੇ ਹਾਂ, ਠੀਕ ਹੈ ਕਿ ਨਹੀਂ। ਲਓ ਟਰੈਕਟਰ ਨੂੰ ਫੜਾਈਏ ਇੱਥੇ, ਸੋਰੀ ਜੋੜ ਹੀ ਦਿੰਦੇ ਹਾਂ ਉਹਦੇ ਵਿੱਚ, ਫਿਰ ਆਪਾਂ ਨੂੰ ਠੀਕ ਹੈ ਤਾਂ ਆਪਣਾ ਟਰੈਕਟਰ ਨਾਲ ਹੀ ਜਾਣਾ ਪੈਣਾ ਇਹ। ਚੱਲ ਬਈ ਕਰ ਬੈਕ ਉੱਤਰ ਟਰੈਕਟਰ ਤੋਂ ਅਤੇ ਚੱਲ ਚੱਲੀਏ ਮਸ਼ੀਨ ਦੇ ਵਿੱਚ। ਮਸ਼ੀਨ ਬਾਬੇ ਉਹ ਕਮੈਂਟਾਂ ਦੇ ਵਿੱਚ ਦੱਸਿਓ ਕਿ ਨਿਊ ਹੋਲੈਂਡ ਦੀ ਰੱਖੀਏ ਜਾਂ ਜੋਂਡੀਅਰ ਦੀ ਲਈਏ, ਪੈਸੇ ਵਾਧੂ ਨੇ ਹੁਣ ਜੋ ਕਹੋਗੇ ਉਹ ਲੈ ਲਾਂਗੇ। ਚਲੋ ਜੀ ਮਸ਼ੀਨ ਪਹਿਲਾਂ ਮਸ਼ੀਨ ਵੀ ਲਾਇਆ ਉਹਨੇ, ਇਹਨੂੰ ਕਰੀਏ ਬੰਦ। ਲੋਨ ਆਪਾਂ ਨੇ ਤਾਂ ਲਿੱਤਾ ਕਿਉਂਕਿ ਵੀਰੇ ਆਪਣੇ ਕੋਲ ਇੰਨੀ ਮਹਿੰਗੀਆਂ ਮਹਿੰਗੀਆਂ ਮਸ਼ੀਨਾਂ ਜਾਂ ਟਰੈਕਟਰ ਨੇ, ਖਰਾਬ ਹੋਣਗੇ ਬਾਹਰ ਖੜ ਕੇ, ਠੀਕ ਹੈ ਕਿ ਨਹੀਂ। ਸ਼ੈੱਡਾਂ ਥੱਲੇ ਲਾਵਾਂਗੇ ਅਤੇ ਫਾਰਮ ਦੇ ਵਿੱਚ ਜਿਹੜਾ ਆਪਣੇ ਖਰੀਦੇ ਵਿੱਚ ਬਹੁਤ ਕੁਛ ਹੈ ਅਤੇ ਤੁਹਾਨੂੰ ਹੌਲੀ ਹੌਲੀ ਐਕਸਪਲੋਰ ਕਰਾਂਗੇ ਇਹਦੇ ਵਿੱਚ ਕੀ ਕੁਛ ਹੈ, ਮੱਝਾਂ ਗਾਵਾਂ ਸਭ ਰੱਖਾਂਗੇ ਆਪਾਂ। ਬਟ ਫਿਲਹਾਲ ਲਈ ਆਪਾਂ ਪਹਿਲਾਂ ਖੇਤ ਖੂਤ ਖਰੀਦਾਂਗੇ ਅਤੇ 9-11 ਨਾਲ ਕਰਾਂਗੇ ਖੇਤੀਆਂ ਸਟਾਰਟ, ਠੀਕ ਹੈ ਕਿ ਨਹੀਂ। ਅਤੇ ਸਭ ਤੋਂ ਪਹਿਲਾਂ ਚੱਲਦੇ ਹਾਂ ਉੱਧਰ ਲੈ ਕੇ ਮਸ਼ੀਨ ਨੂੰ, ਮਸ਼ੀਨ ਖੜਾਵਾਂਗੇ ਆਪਾਂ ਇੱਥੇ, ਇੱਥੇ ਲਾਵਾਂਗੇ ਆਪਾਂ ਬੈਕ ਮਸ਼ੀਨ। ਸਭ ਤੋਂ ਸਿਰੇ ਵਾਲੇ 'ਚ ਚੱਲ ਵੀ ਚੱਲ ਦੋ ਬਾਬੇ। ਹੁਣ ਆਪਾਂ ਚੱਲਦੇ ਹਾਂ ਸਿੱਧੇ ਟਰੈਕਟਰ ਦੇ ਵਿੱਚ, ਭੱਜ ਕੇ ਚੱਲਦੇ ਹਾਂ। ਚਲੋ ਚੱਲ 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 ਕਟਰ ਵੱਲ ਖੜਾ ਦਈਏ, ਬਸ ਦੇਖਦੇ ਰਹੋ ਵੀਡੀਓ ਅਤੇ ਇਸ ਤੋਂ ਬਸ ਇੱਥੇ ਟਰੈਕਟਰ ਹੀ ਖਿੱਚਣੇ ਆ ਤਾਂ ਦੇਖਿਓ ਕਿੰਨੀ ਕੁ ਮੋਡੀਫਿਕੇਸ਼ਨ ਟਰੈਕਟਰਾਂ ਦੇ ਵਿੱਚ ਆਪਾਂ ਕਰਾਵਾਂਗੇ। ਹਰ ਇੱਕ ਮਤਲਬ ਕਿ ਆਪਾਂ 3 ਤਰ੍ਹਾਂ ਦੇ ਟਰੈਕਟਰ ਰੱਖਾਂਗੇ, ਤਾਂ ਆਪਾਂ ਰੱਖਾਂਗੇ ਸਿਰਫ ਟਰੈਲੀਆਂ ਲਈ ਜਿਹੜਾ ਸ਼ੌਂਕ, ਇੱਕ ਆਪਾਂ ਰੱਖਾਂਗੇ ਖੇਤਾਂ ਦਾ ਰਾਜਾ ਜਿਹੜਾ ਸਿਰਫ ਖੇਤਾਂ ਖੁੱਤਾਂ, ਦੋ ਟਰੈਕਟਰ ਖੇਤਾਂ ਲਈ ਰੱਖਾਂਗੇ, ਇੱਕ ਛੋਟੀ ਮੋਟੀ ਮਸ਼ੀਨਾਂ ਲਈ ਇੱਕ ਵੱਡੀ ਮਸ਼ੀਨਾਂ ਲਈ, ਠੀਕ ਹੈ ਨਹੀਂ। ਕਿਉਂਕਿ ਤੁਹਾਨੂੰ ਵੀ ਪਤਾ ਹੈ ਇਸ ਗੇਮ ਦੇ ਵਿੱਚ ਵੱਡੀਆਂ ਮਸ਼ੀਨਾਂ ਦੀ ਵੀ ਲੋੜ ਪੈਂਦੀ ਹੈ, ਛੋਟੀਆਂ ਮਸ਼ੀਨਾਂ ਦੀ ਵੀ ਲੋੜ ਪੈਂਦੀ ਹੈ। ਹਰ ਇੱਕ ਤਰ੍ਹਾਂ ਦਾ ਟਰੈਕਟਰ ਆਪਾਂ 3 ਟਰੈਕਟਰ ਰੱਖਾਂਗੇ, ਇਹਨੂੰ ਵੀ ਮੋਡੀਫਿਕੇਸ਼ਨ ਕਰ ਦਾਂਗੇ। ਅਤੇ ਤੁਹਾਨੂੰ ਇੱਕ ਗੱਲ ਹੋਰ ਦੱਸਦਾ, ਆਪਾਂ ਨੂੰ ਕਿਤੇ ਜਾਣ ਦੀ ਵੀ ਲੋੜ ਨਹੀਂ ਜਾਂ ਸ਼ੋਪ 'ਤੇ ਜਾਂ ਵਗੈਰਾ, ਕਿਉਂਕਿ ਆਪਾਂ ਜਿਹੜਾ ਇਹ ਫਾਰਮ ਖਰੀਦਿਆ ਇਹਦੇ ਵਿੱਚ ਹੀ ਆਪਣੀ ਉਹ ਸ਼ੋਪ ਹੈਗੀ ਆ। ਬਸ ਆਹ ਕਟਰ ਵੱਲ ਲਾ ਦਈਏ, ਤੁਹਾਨੂੰ ਦਿਖਾਉਂਦੇ ਹਾਂ ਕਿ ਸ਼ੋਪ ਇਹਦੇ ਵਿੱਚ ਕਿੱਥੇ ਗਾ। ਚੱਲ ਚੱਲ ਹੋਰ ਕੀ ਕਰਦੇ, ਬਸ ਲਓ ਜੀ ਹੁਣ ਆਪਾਂ ਚੱਲਦੇ ਹਾਂ ਟਰੈਕਟਰ ਨੂੰ, ਪਹਿਲਾਂ ਇਸੇ ਟਰੈਕਟਰ ਨੂੰ ਮੋਡੀਫਿਕੇਸ਼ਨ ਕਰਾਉਣ ਚੱਲਦੇ ਹਾਂ। ਲਓ ਜੀ ਪਹਿਲਾਂ ਆਪਾਂ ਆ ਗਏ ਇਸੇ ਟਰੈਕਟਰ 'ਤੇ, ਆਪਣੀ ਮੋਡੀਫਿਕੇਸ਼ਨ ਜਿਹੜੀ ਹੁੰਦੀ ਹੈ ਆਪਣੇ ਕੋਲ ਆਹ ਸ਼ੋਪ ਹੈ ਵੀਰੇ, ਸਿਰਫ ਟਰੈਕਟਰ ਨੂੰ ਉੱਪਰ ਚੜ੍ਹਾਉਣਾ, ਇਹਦੇ ਇੱਥੇ ਰੋਕਣਾ ਅਤੇ ਨੀਚੇ ਉਤਰਨਾ, ਉਸ ਤੋਂ ਬਾਅਦ ਮੋਡੀਫਿਕੇਸ਼ਨ ਕਰਨੀ। ਆਪਾਂ ਕਰਦੇ ਹਾਂ ਸਟਾਰਟ, ਇਹਦੇ ਵਿੱਚ ਚੈੱਕ ਕਰੋ ਵੀਰੇ ਕਸਟਮਾਈਜ਼। ਲਓ ਜੀ ਵੀਰੇ ਆ ਗਿਆ ਆਪਣਾ ਟਰੈਕਟਰ ਅਤੇ ਇੰਜਨ ਇਹਦਾ
ਸਹੀ ਹੈ, ਟਾਇਰ ਆਪਾਂ ਚੇਂਜ ਕਰਦੇ ਹਾਂ ਇਹਦੇ, ਕਿਉਂਕਿ ਇਹ ਆਪਣਾ ਸਭ ਤੋਂ ਪਹਿਲਾ ਟਰੈਕਟਰ ਹੈ, ਇਸ ਲਈ ਆਪਾਂ ਇਹਨੂੰ ਰੱਖਾਂਗੇ ਟਰਾਲੀਆਂ ਟਰੂਲੀਆਂ ਵਾਸਤੇ। ਸਹੀ ਹੈ ਕਿ ਨਹੀਂ, ਮੰਨਦੇ ਹੋ ਨਾ? ਜਾਂ ਤਾਂ ਆਹ ਟਾਇਰ ਪੈ ਸਕਦੇ ਨੇ, ਇਹ ਵੀ ਸੋਹਣੇ ਨੇ, ਵਾਈਟ ਟਾਇਰਸ, ਡਬਲ ਟਾਇਰ, ਕੋਈ ਨਾ ਘੈਂਟ ਲੱਗੂ ਬਾਬੇ ਝੋਟਾ। ਓਏ ਹੋਏ ਹੋਏ ਹੋਏ, ਸਿਰਾ ਗੱਲਬਾਤ। ਸਪਰੇ ਸਪਰੂ ਲਈ ਤਾਂ ਠੀਕ ਹੈ ਇਹ, ਵੈਸੇ ਨਹੀਂ ਸੋਹਣੇ ਲੱਗੇ। ਓਏ ਹੋਏ 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 ਬਾਬੇ, ਓ ਟਾਇਰ ਚੈੱਕ ਕਰੋ ਤੁਸੀਂ, ਪਿਛਲੇ ਵੀ ਅਤੇ ਅਗਲੇ ਵੀ, ਥੋੜ੍ਹੇ ਜਿਹੇ ਬਾਹਰ ਨੇ ਅਗਲੇ, ਪੂਰੀ ਮੋਡੀਫਿਕੇਸ਼ਨ। ਆਹ ਟਾਇਰ ਸਹੀ ਨੇ ਆਪਣੇ, ਜਿਹੜਾ ਹੁਣ ਆਪਣੇ ਕੋਲ ਟਰੈਕਟਰ ਹੈ, ਇਹਨੂੰ ਆਪਾਂ ਸ਼ੌਂਕ ਲਈ ਰੱਖਣਾ। ਆਹੀ ਟਾਇਰ ਮੈਨੂੰ ਤਾਂ ਆਹੀ ਪਸੰਦ ਨੇ। ਅਤੇ ਵੇਟ, ਬੰਪਰ, ਆਹ ਬੰਪਰ ਤਾਂ ਆਪਾਂ ਨੂੰ ਟਰੈਲੀ ਟਰੂਲੀ ਲਈ ਨਹੀਂ ਚਾਹੀਦਾ, ਇਹ ਤਾਂ ਹੈਵੀ ਬੰਪਰਸ ਨੇ, ਆਪਾਂ ਕੋਈ ਸ਼ੌਂਕੀਆ ਬੰਪਰ ਲਾਉਣੇ ਆ। ਆਹ ਦੇਖੋ ਲਾਈਟਾਂ ਵਾਲਾ, ਆ ਲੱਗੀ ਆ ਸਿਰਾ ਗੱਲਬਾਤ। ਅਤੇ ਰਿਵਰਸ ਬੀਪ ਜਿਹੜੀ ਹੁੰਦੀ ਆ ਉਹ ਆਪਾਂ ਰੱਖਾਂਗੇ ਇਹਦੇ ਵਿੱਚ। ਫੈਂਡਰ, ਫੈਂਡਰਸ ਤਾਂ ਕੀ ਕਰਨੇ, ਨੋ ਫੈਂਡਰ, ਬੀਕਨ ਲਾਉਂਦੇ ਹਾਂ ਵੀਰੇ। ਆ ਹਾ ਹਾ ਹਾ, ਆ ਲੱਗ ਗਏ ਦੋ ਬੀਕਨ ਆਪਣੇ। ਸਲੰਸਰ ਵੀ ਆਪਾਂ ਇਹਦਾ ਚੇਂਜ ਕਰਾਂਗੇ, ਤਾਂ ਸਲੰਸਰ ਲਾਈਏ। ਓ ਹੋ, ਐਗਜ਼ੌਸਟ ਵਾਲਾ ਸਲੰਸਰ, ਵਾਹ ਜੀ ਵਾਹ। ਹੁੱਡ, ਆ ਲੱਗ ਗਈ ਬਾਬੇ ਉਹ ਡੈੱਕ, ਵਾਹ ਜੀ ਵਾਹ। ਹੋਰ ਦੇਖਦੇ ਹਾਂ ਇਹਦੇ ਵਿੱਚ ਕੀ ਆਪਸ਼ਨ ਹੈ। ਡੈੱਕ ਪਲੱਸ ਸਿੱਧੂ, ਇਹਦੇ ਵਿੱਚ ਕੀ ਚੇਂਜ ਹੋਇਆ ਬਾਈ, ਕੀ ਚੇਂਜ ਹੋਇਆ ਦੇਖੀ। ਓ ਹੋ, ਬਾਈ ਦੀ ਆਪਣੇ ਦੀ ਲੈਜੰਡ ਦੀ ਫੋਟੋ, ਵਾਹ ਜੀ ਵਾਹ। ਜਿਹਨੇ 9/11 ਮਸ਼ਹੂਰ ਕਰਿਆ, ਲੈਜੰਡਸ ਨੈਵਰ ਡਾਈ, ਸਿੱਧੂ ਮੂਸੇ ਵਾਲਾ ਬਾਈ ਆਪਣਾ। ਉਸ ਤੋਂ ਬਾਅਦ ਇਹਦੇ ਵਿੱਚ ਕੀ ਆਪਸ਼ਨ ਹੈ ਜੀ, ਫਲੈਗ। ਓਹੋ, ਨੋ ਫਾਰਮਰਸ ਨੋ ਫੂਡ, ਆ ਵੀ ਸਹੀ ਹੈ। ਸਿੱਖ, USA, ਆਪਾਂ ਲਾਉਣਾ ਨੋ ਫਾਰਮਰਸ ਨੋ ਫੂਡ ਵਾਲਾ, ਠੀਕ ਹੈ ਜੀ। ਅਤੇ ਰਹੀ ਗੱਲ ਮੱਡ ਗਾਰਡਸ ਦੀ, ਇਹ ਰੱਖਣੇ ਆ ਅਗਰ ਚੇਂਜ। ਆ ਹਾ ਹਾ, ਇਹ ਤਾਂ ਉੱਤਰ ਵੀ ਜਾਂਦੇ ਨੇ ਬਾਬੇ, ਇੱਦਾਂ ਵੀ ਸੋਹਣਾ ਲੱਗ ਰਿਹਾ ਵੈਸੇ, ਪਰ ਨਹੀਂ। ਓਕੇ, ਇਹਦੇ ਵਿੱਚ ਇਹ ਆਪਸ਼ਨ ਹੈ, ਸਟੀਲ ਦੇ ਲੱਗੇ ਹੋਏ ਨੇ ਇਹ, ਪਰ ਨਹੀਂ ਆਪਣੇ ਨਹੀਂ ਰੱਖਣੇ, ਆ ਰੱਖਾਂਗੇ ਸਿੰਪਲ ਮਗਰਾਟਸ। ਰਹੀ ਗੱਲ ਮੇਨ ਕਲਰ ਦੀ, ਅਤੇ ਰੈੱਡ ਕਰ ਦਈਏ ਛਾਤਰੀ ਦਾ ਕਲਰ, ਨਹੀਂ ਇਹਦਾ, ਇਹਦੇ ਵਰਗਾ ਕਲਰ ਸੋਹਣਾ ਲੱਗਦਾ। ਟਰੈਕਟਰ ਦਾ ਸੀਟ ਕਲਰ ਹੈ ਜਿਹੜਾ ਉਹ ਆਪਾਂ ਰੱਖਦੇ ਹਾਂ ਗ੍ਰੇ ਟਾਈਪ, ਤਾਂ ਜੋ ਉਹਦੇ ਨਾਲ ਮੈਚ ਕਰੇ। ਅਤੇ ਰਿਮ ਕਲਰ ਰੱਖਾਂਗੇ ਪਰ ਰੈੱਡ। ਓਏ ਹਾਏ ਹਾਏ, ਮੈਨੂੰ ਪਹਿਲਾਂ ਹੀ ਪਤਾ ਸੀ ਰੈੱਡ ਹੀ ਜਚਣਗੇ, ਹੋਰ ਕੋਈ ਜਚਣਾ ਹੀ ਨਹੀਂ ਕਲਰ। ਨੰਬਰ ਪਲੇਟ ਸਹੀ ਆ, ਲੈ ਬਾਪਿਓ ਕਰਤਾ ਜੀ ਕਸਟਮਾਈਜ਼ ਆਪਾਂ ਨੇ ਟਰੈਕਟਰ, ਅਤੇ ਕਰੀ ਰਿਪੇਅਰ ਵੀ ਕਰਦੇ ਹੁਣ, ਪੈਸੇ ਵਾਧੂ ਨੇ ਜੋ ਮਰਜ਼ੀ ਕਰਾ ਲਓ। ਲਓ ਜੀ ਕਰੀਏ ਚੈੱਕ ਫਿਰ ਟਰੈਕਟਰ ਆਪਣੇ ਨੂੰ ਚਲਾ ਕੇ। ਵਾਹ ਜੀ ਵਾਹ, ਉਹ ਖੜ ਜਾਓ ਯਾਰ, ਚਲੋ ਪਹਿਲਾਂ ਚੈੱਕ ਹੀ ਕਰਾ ਦਾਂ ਤੁਹਾਨੂੰ। ਓ ਯੇ, ਪਹਿਲਾਂ ਟਰੈਕਟਰ ਨੂੰ ਲਿਆ ਕੇ ਨੀਚੇ, ਆਪੇ ਟਾਇਰ ਚੈੱਕ ਕਰੋ ਓਏ, ਤਾਂ ਐਂਡ ਗੱਲਬਾਤ ਹੀ ਬਣ ਗਈ ਬਾਪਿਓ। ਮੰਨਦੇ ਕੋ ਨਹੀਂ, ਪਿੱਛੇ ਮੂਸੇ ਵਾਲੇ ਦੀ ਫੋਟੋ ਸਿਰਾ ਚੀਜ਼ ਏ ਬਣ ਗਈ। ਧੋਈਏ ਪਹਿਲਾਂ ਯਾਰ ਇਹਨੂੰ, ਫਿਰ ਦੇਖਦੇ ਹਾਂ ਇਹਨੂੰ। ਪਹਿਲਾਂ ਇਹਨੂੰ ਧੋਈਏ, ਛਤਰੀ ਛੁਤਰੀ ਕਰੀਏ ਸਾਫ਼ ਇਹਦੀ, ਬਾਹਲਾ ਗੰਦਾ ਹੋਇਆ ਪਿਆ ਸੀ। ਹੋ ਜਾ ਸਾਫ਼, ਉਹ ਦੇਖੋ ਬਾਬੇ ਕਿੰਨੀ ਮਿੱਟੀ ਉੱਡ ਰਹੀ ਆ।
ਓਏ ਹੋਏ ਹੋਏ ਹੋਏ, ਬਹੁਤ ਮਿੱਟੀ ਸੀ ਬਾਬੇ ਛਤਰੀ ਤੇ ਸੌਣ ਲੱਗੇ। ਹੈ ਤਾਂ ਨਹੀਂ ਕਿ ਕਿਸੇ ਪਾਸੇ ਮਿੱਟੀ ਬਣ ਗਈ ਗੱਲ ਮੇਰੇ ਹਿਸਾਬ ਨਾਲ ਤਾਂ। ਦੇਖੀਏ ਓਰੀਐਨ ਸਿਰਾ। ਓਏ ਹੋ 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 ਹੋ, ਇਹਦੀ ਫਿਰ ਆਪਾਂ ਹੁਣ ਚੱਕ ਕੇ ਦੇਖੀਏ ਫਿਰ ਮੂਹਰੇ ਤੋਂ। ਓਏ ਹੋਏ, ਉੱਠਦਾ ਬਾਬਿਓ ਸਿਰਾ ਸਿਰਾ, ਉਹ ਸਿਰਾ ਝੋਟਿਆ ਸਿਰਾ। ਵਾਹ ਜੀ ਵਾਹ, ਲਓ ਜੀ ਇਹਨੂੰ ਖੜਾਈਏ ਇੱਥੇ। ਇੱਥੇ ਸੋਹਣਾ ਲੱਗਦਾ ਇਹ, ਇੱਕ ਦੋ ਤਿੰਨ ਰਾਈਡਰ ਹੋ ਖਰੀਦਾਂਗੇ ਆਪਾਂ ਹੁਣ। ਹਾਂਜੀ ਵੀਰੇ, ਆਪਾਂ ਨੇ ਕਰ ਲਏ ਹੁਣ ਟਰੈਕਟਰ ਤਿੰਨੇ ਬਾਏ, ਅਤੇ ਆਪਾਂ ਬਾਏ ਕਰ ਲੈਂਦੇ ਸੀ ਵੀਰੇ ਸ਼ੋਪ ਤੋਂ, ਅਤੇ ਇੱਥੇ ਲਿਆ ਕੇ ਆਪਣੇ ਮੋਡੀਫਿਕੇਸ਼ਨ ਕਰਤੀ ਹੈ। ਤੁਸੀਂ ਆਹ ਚੈੱਕ ਕਰੋ ਵੀਰੇ, ਜੈੱਡ ਬਲੈਕ ਵਾਲਾ, ਇਹਦੇ ਅਲੋਏ ਵੀ ਜੋ ਵੀ ਚੱਕੇ ਸੀ ਉਹ ਵੀ ਬਲੈਕ ਕਰਤੇ, ਸਾਹਮਣੇ ਬੰਪਰ ਜੋ ਲਾਇਆ ਉਹ 911 ਵਰਗੇ ਝੰਡੇ ਵਰਗਾ ਲਾਤਾ, ਠੀਕ ਹੈ ਜੀ। ਅਤੇ ਛੱਤਰੀ ਲਾਤੀ ਅਤੇ ਡੈੱਕ ਵੀ ਲਾਤੀ, ਉਹ ਵੀ ਬਲੈਕ ਹੈ, ਛੱਤਰੀ ਵੀ ਬਲੈਕ ਹੈ, ਐਗਜ਼ੌਸਟ ਵੀ ਬਲੈਕ ਹੈ। ਤੁਹਾਨੂੰ ਸਟਾਰਟ ਚਲਾ ਕੇ ਵੀ ਦਿਖਾ ਦਿੰਦਾ ਵੀਰੇ ਕਿਵੇਂ ਦਾ ਲੱਗਿਆ, ਦੱਸਿਓ ਜ਼ਰੂਰ। ਅਤੇ ਇੱਕ ਟਰੈਕਟਰ ਆਪਾਂ ਨੇ ਹੋਰ ਮੋਡੀਫਾਈ ਕਰਿਆ, ਤੁਹਾਨੂੰ ਉਹ ਵੀ ਦਿਖਾਉਣਾ ਆਪਣੇ ਕੋਲ, ਕਿਉਂਕਿ ਤਿੰਨ ਟਰੈਕਟਰ ਹੋ ਗਏ ਜਿਹੜੇ ਮੋਡੀਫਿਕੇਸ਼ਨ ਕੀਤੀ ਹੈ। ਲਓ ਜੀ ਆਪਾਂ ਉਤਰ ਗਏ ਟਰੈਕਟਰ ਤੋਂ, ਆਹ ਤੁਹਾਨੂੰ ਦਿਖਾ ਦਿੱਤਾ ਇੱਕ ਆਹ ਖੜਿਆ ਵੀਰੇ, USA ਦਾ ਝੰਡਾ ਲੱਗਿਆ ਹੋਇਆ, ਇਹਦੇ ਟਾਇਰ ਕੁਛ ਹੋਰ ਨੇ, ਅਤੇ ਆਪਾਂ ਸੜਕਾਂ ਲਈ ਰੱਖਿਆ। ਅਤੇ ਆਪਾਂ ਇੱਕ ਟਰੈਕਟਰ ਹੋਰ ਬਾਏ ਕਰਦੇ ਹਾਂ ਜਿਹਦੇ ਲਈ ਆਪਾਂ ਨੂੰ ਇੱਕ ਟਰੈਕਟਰ ਆਪਾਂ ਹੋਰ ਬਾਏ ਕਰਦੇ ਹਾਂ ਜਿਹਦੀ ਆਪਾਂ ਨੂੰ ਲੋੜ ਹੈ। ਤੁਹਾਨੂੰ ਫੁੱਲ ਮੋਟੀਵੇਸ਼ਨ ਦਿਖਾਊਂਗਾ ਇਸ ਵੀਡੀਓ ਦੇ ਵਿੱਚ। ਆ ਲਓ ਵੀਰੇ, ਹੌਸਪੀਟਲ ਪੂਰੀ ਹੋ ਗਈ, ਅਤੇ ਟਾਇਰਾਂ ਦੀ ਗੱਲ ਰਹੀ, BKT ਦੇ ਟਾਇਰ ਆ ਦੇਖੋ, ਫੁੱਲ ਮੋਡੀਫਿਕੇਸ਼ਨ ਇਹ ਵੀ ਹੋ ਸਕਦੀ ਹੈ ਇਹਦੇ ਵਿੱਚ। ਆਹ ਟਾਇਰ ਨੇ ਵੀਰੇ, ਆਹ ਵੀ ਟਾਇਰ ਨੇ ਗੱਦੂ ਵਾਲੇ, ਠੀਕ ਹੈ ਜੀ, ਆਹ ਵੀ ਟਾਇਰ ਨੇ, ਆਹ ਦੇਖੋ। ਇਸ ਤੋਂ ਬਾਅਦ ਆਹ ਵੀ ਨੇ ਕੱਦੂ ਦੇ ਵਿੱਚ ਜਿਹੜੇ ਯੂਜ਼ ਹੁੰਦੇ ਨੇ, ਆਹ ਵੀ ਨੇ ਸਪਰੇਅ ਲਈ ਜਿਹੜੇ ਯੂਜ਼ ਹੁੰਦੇ ਨੇ। ਹਰ ਇੱਕ ਤਰ੍ਹਾਂ ਦੇ ਟਾਇਰ ਇਹਦੇ ਵਿੱਚ ਆਪਾਂ ਨੇ ਪਾਏ ਹੋਏ ਨੇ ਵੀਰੇ। ਅਤੇ ਆਪਾਂ ਹੁਣ ਪਾਉਂਦੇ ਹਾਂ BKT ਦੇ ਟਾਇਰ, ਆਹ ਦੇਖੋ। ਬਟ ਆਪਾਂ ਇਹਦੇ ਫਰੰਟ 'ਤੇ ਕੁਛ ਵੀ ਨਹੀਂ, ਆਪਾਂ ਇਹਨੂੰ ਹੁਣ ਕਰਦੇ ਹਾਂ ਸਪਰੇ ਵਾਲਾ, ਨੈਰੋ ਨੈਰੋ ਟਾਇਰ ਪਾਉਂਦੇ ਹਾਂ ਇੱਕ ਵਾਰੀ। ਆਹ ਸੀ ਕਿ ਨੈਰੋ ਟਾਇਰ, ਠੀਕ ਹੈ ਜੀ। ਵੇਟ ਇਹਦੇ ਮੂਹਰੇ ਕੋਈ ਵੀ ਰੱਖ ਦਿਉ, ਚਾਹੇ ਹੁਣ ਤਾਂ ਸਪਰੇ ਲਈ ਹੀ ਯੂਜ਼ ਹੋਣਾ ਵੈਸੇ ਵੀ। ਬੰਪਰ ਲਾਈਏ ਕਿ ਨਹੀਂ, ਆਹੀ ਵੇਟ ਰੱਖ ਦਿੰਦੇ ਫਰੰਟ 'ਤੇ, ਸਿੰਪਲ ਜਿਹਾ ਵੀ ਪਾਉਣ ਕਰ ਦਿੰਦੇ ਹਾਂ। ਫੈਂਡਰ ਰੱਖ ਲੈਂਦੇ ਹਾਂ ਕਿ ਨਹੀਂ, ਫੈਂਡਰ ਤਾਰੀ ਕਿਵੇਂ ਦਾ ਲੱਗੂਗਾ, ਤਾਰੀ ਦਿੰਦੇ ਹਾਂ ਫੈਂਡਰ, ਠੀਕ ਹੈ ਜੀ। ਬੀਕਨ ਲਾ ਦਿੰਦੇ ਹਾਂ, ਰੂਫ ਲਾਈਏ ਪਹਿਲਾਂ, ਛੱਤ ਲਾ ਦਿੰਦੇ ਅਤੇ ਸਿੰਪਲ, ਅਤੇ ਬੀਕਨ ਵੀ ਲਾ ਦਿੰਦੇ ਹਾਂ, ਐਗਜ਼ੌਸਟ ਸਲੈਂਸਰ ਚੇਂਜ ਕਰੀ ਦਿੰਦੇ ਹਾਂ, ਝੰਡਾ ਇਹਦੇ ਉੱਪਰ ਲਾਈਏ ਆਪਾਂ ਆਹਾ, ਅਤੇ ਮਡਗਾਰਡਸ ਠੀਕ ਨੇ, ਅਤੇ ਜਿਹੜਾ ਛਾਤੀ ਦਾ ਕਲਰ ਆ ਉਹ ਵਾਈਟ ਕਰ ਦਈਏ, ਸਿੰਪਲ ਸਿੰਪਲ 911 ਬਿਲਕੁਲ ਸਿੰਪਲ। ਜਿਹੜਾ ਸਪਰੇਅ ਹਾਂ ਲਈ ਯੂਜ਼ ਕਰਾਂਗੇ ਆਪਾਂ, ਟਰੈਕਟਰ ਦੀ ਜਿਹੜੀ ਸੀਟ ਦਾ ਕਲਰ ਆ ਉਹ ਆਪਾਂ ਬਲੈਕ ਜ਼ਰੂਰ ਕਰਾਂਗੇ। ਅਤੇ ਇੱਕ ਆਹ ਟਰੈਕਟਰ ਆਪਾਂ ਹੁਣ ਬਾਏ ਕਰ ਲੈਂਦੇ ਹਾਂ। ਲਓ ਜੀ ਬਹੁਤ ਨੇ ਹੁਣ ਟਰੈਕਟਰ,
ਚਾਰ ਟਰੈਕਟਰ ਬਹੁਤ ਹੋ ਗਏ ਹੁਣ। ਇਹ ਆਪਣੀ ਸਪਰੇਅ ਲਈ ਯੂਜ਼ ਹੋਣ ਵਾਲਾ ਟਰੈਕਟਰ ਆਪਾਂ ਨੇ ਵੀ ਬਾਏ ਕਰ ਲਿਆ। ਇਹ ਕਿਵੇਂ ਦਾ ਲੱਗ ਰਿਹਾ ਵੀਰੇ? ਪਤਲੇ ਟਹਿਰਾਂ 'ਚ ਦੱਸਿਓ ਜ਼ਰੂਰ, ਨਾਟ ਗਿਆਰਾਂ ਤੁਸੀਂ ਕਦੇ ਨਹੀਂ ਦੇਖਿਆ ਹੋਣਾ, ਘੈਂਟ ਲੱਗਦਾ ਨਾ। ਇਹ ਆਪਾਂ ਸਪਰੇ ਵਗੈਰਾ ਲਈ ਯੂਜ਼ ਕਰਿਆ ਕਰਾਂਗੇ, ਰੇਰੂ ਪਾਉਣ ਲਈ ਫਸਲ ਦੇ ਵਿੱਚ। ਦੇਖੋ ਘੈਂਟ ਆ ਨਾ ਗੱਲਬਾਤ। ਸੋਹਣੇ ਲੱਗਦੇ ਆ ਯਾਰ ਪਤਲੇ ਟਾਇਰ ਵੀ, ਨੋਰਮਲ ਜੇ ਹੈ ਨਾ। ਇਹ ਸਿੰਪਲ ਰੱਖਿਆ ਆਪਾਂ ਨੇ ਜਾਣ ਕੇ, ਕਿਉਂਕਿ ਆਪਾਂ ਨੂੰ ਪਛਾਣ ਵੀ ਰੱਖਣੀ ਹੈ ਨਾ ਵੀਰੇ ਕਿਹੜਾ ਕਿਹੜੇ ਕੰਮ ਲਈ ਰੱਖਿਆ ਹੋਇਆ, ਕਿਉਂਕਿ ਪਤਾ ਹੀ ਨਾ ਲੱਗੇ ਜੇ ਆਪਾਂ ਨੇ ਸਾਰੇ ਸੇਮ ਕਰਾ ਲਏ। ਅਤੇ ਵੀਡੀਓ ਦੀ ਮੋਡੀਫਿਕੇਸ਼ਨ ਤੁਸੀਂ ਦੇਖ ਲਈ ਹੈ, ਅਤੇ ਆਪਾਂ ਹੁਣ ਇਸ ਤੋਂ ਬਾਅਦ ਤੁਹਾਨੂੰ ਉਹ ਟਰੈਕਟਰਾਂ ਕੋਲ ਬਸ ਇੱਕ ਵਾਰੀ ਪਹੁੰਚ ਜਾਈਏ ਆਪਾਂ। ਅਤੇ ਜੇ ਤੁਹਾਨੂੰ ਨਾਟਕ ਗਿਆਰਾਂ ਵਧੀਆ ਲੱਗਿਆ ਹੋਵੇ ਵੀਰੇ ਤਾਂ ਤੁਹਾਨੂੰ ਲਿੰਕ ਜਿਹੜਾ ਫ੍ਰੀ ਦੇ ਵਿੱਚ ਹੀ ਦੇ ਦਾਂਗੇ, ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ, ਜਦੋਂ ਮਰਜ਼ੀ ਲੈ ਸਕਦੇ ਹੋ ਤੁਸੀਂ। ਵੀਡੀਓ ਨੂੰ ਵੱਧ ਤੋਂ ਵੱਧ ਦੇਖੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਤੁਸੀਂ ਇਹ ਲਿੰਕ ਲੈਣਾ, ਠੀਕ ਹੈ ਜੀ। ਅਤੇ ਆਹ ਖੜੇ ਨੇ ਆਪਣੇ ਤਿੰਨੇ ਨਾਟ ਗਿਆਰਾਂ, ਅਤੇ ਆ ਗਿਆ ਚੌਥਾ। ਲਓ ਜੀ ਕਰਤੀ ਗੱਲਬਾਤ ਐਂਡ ਆਪਾਂ ਨੇ, ਸਹੀ ਹੈ ਨਾ ਗੱਲਬਾਤ ਪੂਰੀ? ਆ ਲਓ ਬਾਬਿਓ ਪੂਰੀ ਮੋਡੀਫਿਕੇਸ਼ਨ ਸਹੀ ਆ, ਆਹ ਟਰੈਕਟਰ ਨੂੰ ਸਹੀ ਕਰਕੇ ਲਾ ਦਈਏ ਤਾਂ ਜੋ ਫਿਰ ਆਪਾਂ ਆਪਣਾ ਥੰਬਨੇਲ ਵੀ ਵਧੀਆ ਜਿਹਾ ਬਣਾ ਸਕੀਏ। ਆਹ ਤਾਂ ਮੇਰਾ ਫੇਵਰੇਟ ਹੋ ਗਿਆ ਯਾਰ, ਰੈੱਡ ਬਲੈਕ ਵਾਲਾ ਤਾਂ ਸੌਂ ਲੱਗੇ, ਇਹ ਤਾਂ ਵਾਲੀ ਘੈਂਟ ਚੀਜ਼ ਬਣ ਗਈ ਆ। ਲਓ ਜੀ ਹੁਣ ਦੇਖੋ ਤੁਸੀਂ ਖੜ੍ਹੇ ਸਾਹ ਚਾਰੋਂ ਟਰੈਕਟਰ ਕਿੰਨੇ ਸੋਹਣੇ ਲੱਗਦੇ ਆ, ਜੱਚਦੇ ਆ ਨਾ ਬਾਬੇ ਪੂਰੇ ਸਿਰਾ ਗੱਲਬਾਤ। ਦੇਖੋ ਐਨ ਪੂਰੀ ਸਿਰਾ ਗੱਲਬਾਤ। ਅਤੇ ਕਿਵੇਂ ਦੇ ਲੱਗੇ ਵੀਰੇ ਟਰੈਕਟਰ ਤੁਹਾਨੂੰ, ਅਤੇ ਕਿਵੇਂ ਦੇ ਲੱਗੀ ਇਹਦੀ ਮੋਡੀਫਿਕੇਸ਼ਨ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਰੇ। ਅਤੇ ਮਿਲਦੇ ਆਪਾਂ ਨੈਕਸਟ ਐਪੀਸੋਡ ਦੇ ਵਿੱਚ, ਜਿੰਨੇ ਵੀ ਆਪਣੇ ਕੋਲ ਪੈਸੇ ਬਚੇ ਨੇ ਆਪਾਂ ਹੁਣ ਖੇਤ ਖਰੀਦਾਂਗੇ, ਅਤੇ ਉਸ ਤੋਂ ਬਾਅਦ ਆਪਾਂ ਕਰਦੇ ਹਾਂ ਆਪਣੀ ਖੇਤੀਬਾੜੀ ਸਟਾਰਟ, ਕਿਉਂਕਿ ਹੁਣ ਆਪਣੇ ਕੋਲ ਟਰੈਕਟਰ ਵੀ ਬਹੁਤ ਨੇ ਅਤੇ ਜ਼ਮੀਨ ਖਰੀਦਣ ਲਈ ਪੈਸੇ ਵੀ ਬਹੁਤ ਨੇ, ਅਤੇ ਆਪਾਂ ਜੋ ਵੀ ਆਪਾਂ ਨੂੰ ਕੁਝ ਚਾਹੀਦਾ ਹੋਊਗਾ ਆਪਣੇ ਕੋਲ ਪੈਸੇ ਹੈਗੇ ਨੇ, ਠੀਕ ਹੈ ਜੀ। ਅਤੇ ਮਿਲਦੇ ਹਾਂ ਮੇਰੇ ਨੈਕਸਟ ਐਪੀਸੋਡ ਦੇ ਵਿੱਚ।